ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਹੁਨੇ ਹੁਨੇ ਮੌਸਮ ਵਿਭਾਗ ਕੋਲੋਂ ਜਾਰੀ ਹੋਇਆ ਵੱਡਾ ਤਾਜ਼ਾ ਅਲਰਟ ਵੱਡੀ ਖਬਰ ਆ ਚੁੱਕਿਆ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਾਲਮ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਦਿਓ ਸ਼ੇਅਰ ਵੀ ਕਰ ਦੇਣਾ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਸੋਵਾਂ ਨੂੰ ਠੰਢੀ ਸਥਿਤੀ ਬਣੀ ਰਹੀ ਹੈ ਸਭ ਤੋਂ ਠੰਡਾ ਜ਼ਿਲ੍ਹਾ ਗੁਰਦਾਸਪੁਰ ਹੈ ਜਿੱਥੇ ਤੋਂ ਘਟੋ ਘਟ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਿਕ ਸਵੇਰੇ ਦੂਆ ਸੂਬਿਆਂ 'ਚ ਕੁਝ ਥਾਵਾਂ ਤੇ ਦਰਮਿਆਨੀ ਧੁੰਦ ਰਹੀ ਹੈ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ 'ਚ ਘੱਟੋ ਘਾਟ ਤਾਪਮਨ 8°C ਲੁਧਿਆਣਾ 'ਚ 8.2 ਅਮਰੀਕ ਸਰ 'ਚ 9.2 ਦਰਜ ਕੀਤਾ ਗਿਆ ਹੈ। ਹਰਿਆਣਾ ਤੇ ਪੰਜਾਬ ਦੀ ਸਾਂਝੀ ਰਾਜਸਥਾਨੀ ਚੰਡੀਗੜ੍ਹ 'ਚ ਘੱਟੋ ਘਾਟ ਤਾਪਮਨ 9.2° ਦਰਜ ਕੀਤਾ ਗਿਆ ਹੈ। ਹਰਿਆਣਾ ਦੇ ਕਰਨਾਲ 'ਚ ਘੱਟੋ ਘਾਟ ਤਾਪਮਨ 8.1°C ਦਰਜ ਕੀਤਾ ਗਿਆ ਹੈ। ਹਿਸਾਰ ਨਾਰਨੋਲ ਤੇ ਭਵਾਨੀ ਚ ਘਟੋ ਘਟਾ ਤਾਪਮਾਨ ਕਰਮਵਾਰ 8.3 ਡਿਗਰੀ ਡਰਜ ਕੀਤਾ ਗਿਆ ਹੈ 8.8 ਡਿਗਰੀ ਸੈਲਸੀਅਸ ਤੇ 8.3 ਡਿਗਰੀ ਸੈਲਸੀਅਸ ਵੀ ਦਰਜ ਕੀਤਾ ਗਿਆ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਨਾਲ ਹੀ ਨਾਲ ਆਪਣੇ ਜਿਹੜਾ ਤਾਪਮਾਨ ਜਿੰਨਾ ਵੀ ਟੈਂਪਰੇਚਰ ਹੈ ਤੁਸੀਂ ਉਸ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਛੁੱਡ ਦਿਸੋ ਬਾਕੀ ਖਬਰ ਨੂੰ ਅੰਤ ਤੱਕ ਦੇਖ ਕੰਦੀ ਤੋਂ ਬਹੁਤ ਬਹੁਤ